बहुत भाई पहलवान जी थोड़ा धन्यवाद तुम सूज रोस्तम पहलवान इतने इकट्ठे करते मेरा सुपना जी मैं पाकिस्तानी पहलवाना दी इंटरव्यू करा पर अब इन्होंने रोस्तम पहलवान इतने सद लिया भोला वाला सद लिया उमर पहलवान सद लहलवान यूसुफ पहलवान अज इत इंटरव्यू चल कराती पहलवान जी थोड़ा बहुत बहुत धन्यवाद अज असी पाकिस्तान दे विच बैठे हां भई पहलवान दे डेरे ते पहलवान उन्हां ने सानू सदियां पुरानियां जिहड़े डंबल दिखाले आ ता कुंडा दिखाले आ ता होर वेट जिहड़े पुराने जमाने दे असी भलवान जी किन्ने पुराने आ तुसी तुहानू इस टाइम बहुत दुनिया देख रही है इहनां बारे दसो अज तां बहुत रूह खुश हो गया जी मेरा ख्याल है 360 ਕਹਿੰਦਾ ਮੈਨੂੰ ਪਤਾ ਕਿ ਕੁੰਡਾ ਡੰਡਾ ਹਾਂ ਉਦੋਂ ਸਾਡੇ ਵਾਲਦ ਅੱਗੇ ਸਰ ਇਹ ਮਹਾਰਾਜ ਬਰੋਦੇ ਇਹ ਸੰਗੇ ਮਰਮ ਹਾਂਜੀ 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 ਠੀਕ ਹੈ ਉਹ ਨੰਬਰ ਵੀ ਅਸਲਾ ਪੁਰਾਣੇ ਬਈ 200 ਸਾਲ ਤੋਂ 300 ਸਾਲ ਪੁਰਾਣੇ ਇਹ ਜੋੜੀਆਂ ਪਈਆਂ ਨੇ ਉਹਨਾਂ ਦਾ ਮੰਨੇ ਚਾਹੀ ਵੇਟ ਹੁੰਦਾ ਸੀ ਠੀਕ ਹੈ ਜੀ ਉਹਦੇ ਖੈਰ ਮਸ਼ੀਨੀ ਆ ਗਈ ਹਰ ਤਰ੍ਹਾਂ ਦੀ ਬਰਦਸ਼ ਨਹੀਂ ਬਿਸਮਿਲਲਾਹਿਰਰਹਿਮ असी अज हरजीत पहलवान दुस्त महेंद्र हिदके सिंह नू पाकिस्तान अपने शहर शहर गुरला विच अपनी क्लब विच कुछ आमदन कहने आ सानू बड़ी खुशी है कि पहलवान जी साडे क्लब आए हो ते जे मुंडिया दी अपना मुंडिया नू तकलीफ दस रहे हो ते नाल मुंडिया दी भलवाई साडे चेक कर रहे हो जे माड़े मुंडे नू सिर्फ उहनू तुसीं दूर कर रहे हो तुहाडा इत्थे आउणा साडे लई वाइस फखर है सानू सारे पहलवानां नू बड़ी खुशी है कि तुसीं इत्थे तशरीफ लै आए तो तुहाडा तुहाडी बड़ी मेहरबानी जी असी हरजीत पहलवान रुस्तमे हिंद हिंद केसरी नूं अज पाकिस्तान ननकाना साहब खुश आमदद कहने जी आया नूं कहने इन्हां दा बड़ा बड़ा शुक्रिया ये आए ने इत्थे अपना ननकाना साहब गुरु नानक जी दे जन्मदिन दे उत्ते एक कुश्ती दा बेहतरीन दंगल कराने वास्ते जिहड़ा कि असी जुमे वाले दिन फ्राइडे 18 नवंबर असी हरजीत सिंह पहलवान के ताम नाल करा रहे हैं इन्हों का बड़ा धन्यवाद तो बड़ा शुक्रिया इन्हों का इन्होंने पाकिस्तान दे विच आ के देसी कुश्ती फरोग दिता है तो कुश्ती वास्ते बड़ा काम कर रहे हैं तो सारे मिल के असी इन्हां से दुआ करते हैं कि रब इन्हां नूं इन्हां दी शान शौकत होर वधाए तो कुश्ती वास्ते इंज ही काम करते रहन ਸਾਨੂੰ ਸਾਰੇ ਰੋਸਤਮ ਰੈਸਲਿੰਗ ਕਲੱਬ ਵੱਲੋਂ ਇਹ ਜਿਹੜਾ ਦੰਗਲ ਹੁੰਦਾ ਉਹਨਾਂ ਦੇ ਪੇਰੈਂਟਸ ਵੱਲੋਂ ਉਹ ਸਾਨੂੰ ਸਾਰੇ ਜਿਹੜੇ ਮਿੱਤਰ ਦੋਸਤ ਆ ਉਹਨਾਂ ਦੇ ਸਹਿਯੋਗ ਨਾਲ ਇਹ ਅਸੀਂ ਦੰਗਲ ਕਰਾਉਂਦੇ ਹਾਂ ਰੋਸਤਮ ਰੈਸਲਿੰਗ ਕਲੱਬ ਵੱਲੋਂ ਤਾਂ ਤੁਸੀਂ ਸਾਡੇ ਨਾਲ ਇੱਦਾਂ ਬਣੇ ਰਿਹਾ ਕਰੋ ਤੁਹਾਨੂੰ ਅਸੀਂ ਇੱਦਾਂ ਦੇ ਵਧੀਆ ਵਧੀਆ ਧਾਰਮਿਕ ਸਥਾਨ ਦਿਖਾ ਦੇਵਾਂਗੇ ਧੰਨਵਾਦ ਨਨਕਾਣਾ ਸਾਹਿਬ 'ਚ ਪਹੁੰਚ ਗਏ ਹਾਂ ਅਸੀਂ ਤਾਂ ਇਹ ਇਹਨਾਂ ਦੀ ਐਂਟਰੀ ਹੈ ਇੱਥੋਂ ਪਹਿਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਅਰਦਾਸ ਟੂਰਨਾਮੈਂਟ ਦੀ ਆਪਾਂ ਕਰਾਂਗੇ ਜਿੱਦਾਂ ਵੀ ਉਹ ਟੂਰਨਾਮੈਂਟ ਸਾਡਾ ਪੋਸਟਪੋਨ ਹੋਇਆ ਜਿੱਦਾਂ ਵੀ ਅਸੀਂ ਆ ਕੇ 5 ਫਰਵਰੀ ਨੂੰ ਹੁਣ ਕਰਾ ਰਹੇ ਹਾਂ ਉਹ ਟੂਰਨਾਮੈਂਟ ਨਨਕਾਣਾ ਸਾਹਿਬ ਟੂਰਨਾਮੈਂਟ ਰੈਸਲਿੰਗ ਟੂਰਨਾਮੈਂਟ ਜਿਹੜੇ ਕਲੱਬ ਦੇ ਬੰਦੇ ਸੀਗੇ ਜਾਂ ਅੱਗੇ ਅਰਦਾਸ ਮਾਰੀ ਜੀ ਪਿੰਡ ਸਭ 13
ਕਹੋ ਨਾਨਕ ਸਾਹਿਬ ਕਿਹੜੀ ਵਡਿਆਈ ਕੋਈ ਨਾਨਕ ਜਾਣੇ ਮੇਰਾ ਬੋਲਣਾ ਸਤਨਾਮ ਸ਼੍ਰੀ ਵਾਹਿਗੁਰੂ ਇੱਕ ਓੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਵਰ ਕਹਿ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ ਅਰਜਨ ਹਰ ਗੋਬਿੰਦਨਾ ਸਿਮਰੋ ਸ੍ਰੀ ਹਰਿ ਰਾਇ ਸਿਰਕ ਸ਼ਬਦਿਆਈ ਸਭ ਹੋ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਨਕ ਆਵੇ ਤਾਏ ਸਭ ਥਾਈ ਹੋਏ ਸਾਹਿਬ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਪੰਥ ਦੇ ਵਾਲੀ ਅੰਮ੍ਰਿਤ ਕੇ ਦਾਤੇ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਆਪਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਠ ਦਰਸ਼ਨ ਦੀ ਦਾਤ ਦਾ ਧਿਆਨ ਕਰਕੇ ਬੋਲੋ ਜੇ ਵਾਹਿਗੁਰੂ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀ ਘੰਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨੇ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਹੀ ਤੇਗ ਵਹਾਈ ਦੇਖ ਸੁਣ ਕੇ ਅੰਗਤ ਕੀਤਾ ਤਿਨਾਂ ਪਿਆਰਿਆਂ ਸਚੈਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੇ ਵਾਹਿਗੁਰੂ ਜਿਨ੍ਹਾਂ ਸਿਆ ਸਕਣੀਆਂ ਨੇ ਧਰਮ ਹੇਸ ਦਿੱਤੇ ਬੰਦ ਬੰਦ ਕਟਵਾਏ ਕੋਕਲੀਆਂ ਕਲਾ ਲਵਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚੀਰੇ ਗਏ ਗੁਰਦੁਆਰਿਆਂ ਦੀ ਸਿਵਲ ਕੁਰਬਾਨੀਆਂ ਕੀਤੀਆਂ ਧਰਮੀ ਹਾਰਿਆ ਸਿੱਖੀ ਸਿੱਧ ਕੇਸਾ ਸਵਾਸਾ ਸੰਗ ਨਿਭਾਇਆ ਤਿਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੇ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੇ ਵਾਹਿਗੁਰੂ 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 ਵਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨੇ ਉੱਠਿਆਂ ਦੀ ਓਰ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਆਪ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਦੇ ਪੁਰਬ ਦੇ ਸੰਬੰਧ ਵਿੱਚ ਪਾਤਸ਼ਾਹ ਜੀ ਜੋ ਕਿ ਪਾਤਸ਼ਾਹ ਜੀ ਗੁਰਸਿੱਖ ਪ੍ਰੇਮੀ ਰੈਸਲਿੰਗ ਟੂਰਨਾਮੈਂਟ ਕਰਵਾ ਰਹੇ ਸਨ ਪਾਤਸ਼ਾਹ ਜੀ ਤਿੰਨਾਂ ਦੀ ਪਾਤਸ਼ਾਹ ਜੀ 18 ਨਵੰਬਰ ਤੋਂ ਡੇਟ ਬਦਲੀ ਕਰਕੇ ਪਾਤਸ਼ਾਹ ਜੀ ਇਸ ਵੇਲੇ 5 ਫਰਵਰੀ ਨੂੰ ਪਾਤਸ਼ਾਹੀ ਡੇਟ ਲੈ ਕੇ ਜਾ ਰਹੇ ਹਨ ਆਪ ਜੀ ਕਿਰਪਾ ਕਰੋ ਇਹ ਟੂਰਨਾਮੈਂਟ ਆਦ ਤੋਂ ਅੰਤ ਤੱਕ ਆਪਣਾ ਮਿਹਰ ਵਰਤ ਕੇ ਸਮਾਪਤ ਕਰਨਾ ਪਾਤਸ਼ਾਹ ਜੀ ਜਿਹਨਾਂ ਜਿਹਨਾਂ ਪ੍ਰੇਮੀਆਂ ਨੇ ਜਿਹਨਾਂ ਜਿਹਨਾਂ ਪਰਿਵਾਰਾਂ ਨੇ ਜਿਹਨਾਂ ਜਿਹਨਾਂ ਵੀਰਾਂ ਨੇ ਪਾਤਸ਼ਾਹ ਜੀ ਇਸ ਟੂਰਨਾਮੈਂਟ ਲਈ ਪਾਤਸ਼ਾਹ ਜੀ ਸਹਿਯੋਗ ਕੀਤੇ ਹਨ ਪਾਤਸ਼ਾਹ ਜੀ ਜਿਹਨਾਂ ਨੇ ਇਸ ਟੂਰਨਾਮੈਂਟ ਲਈ ਪਾਤਸ਼ਾਹ ਜੀ ਮਾਇਆ ਦੀ ਸੇਵਾ ਕੀਤੀ ਹੈ ਆਪ ਜਾਣੀ ਜਾਣੋ ਆਪ ਜੀ ਕਿਰਪਾ ਕਰੋ ਤਿੰਨਾਂ ਦੀ ਪਾਤਸ਼ਾਹ ਜੀ ਸੇਵਾਵਾਂ ਪ੍ਰੇਰਤਾ ਕਰਕੇ ਪ੍ਰਵਾਨ ਕਰਨੀ ਤਿੰਨਾਂ ਦੀ ਸੇਵਾ ਥਾਈ ਪਾਉਣੀ ਪਾਤਸ਼ਾਹ ਜੀ ਹਰ ਪ੍ਰਕਾਰ ਦੀ ਖੇਡ ਸੱਤਾ ਉੱਚੀ ਪਾਤਸ਼ਾਹ ਤਿੰਨਾਂ ਦੇ ਪਰਿਵਾਰ ਖੁਸ਼ੀਆਂ ਕੀੜੇ ਬਚਕਰਨੇ ਕਾਰੋਬਾਰ ਚ ਵਾਧੇ ਬਚਕਰਨਾ ਬੱਚਿਆਂ ਨੂੰ ਯੋਗ ਪ੍ਰਦਾਨ ਬਚਕਰਨਾ ਬੱਚਿਆਂ ਨੂੰ ਵਿਦਿਆ ਦਾਨ ਬਚਕਰਨਾ ਬੱਚਿਆਂ ਨੂੰ ਦਿਆ ਰੁਕਤਾ ਤੰਦਰੁਸਤਾ ਬਚਕਰਨੀ ਹਰ ਪ੍ਰਕਾਰ ਦੀ ਰੱਖਿਆ ਸੱਤਾ ਬਚਕਰਨੀ ਪਾਤਸ਼ਾਹ ਜੀ ਮੇਲ ਪ੍ਰਾਰਥਨਾ ਪਾਤਸ਼ਾਹ ਜੀ ਸੇ ਕਰੇ ਮੁਖ ਮੇਲ ਜਿਹਨਾਂ ਮੇਰੇ ਤੇਰਾ ਨਾਮ ਚੱਤਿਆ ਹੋਇਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਤਿਗੁਰੂ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਏ ਅਰਜਨ ਹਰਗੋਬਿੰਦ ਨੌ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੀਐ ਕਰ ਨੌ ਰਿਦਾਵੈ ਧਾਏ ਸਭ ਥਾਹੀਂ ਹੋਏ ਸਹਾਰੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਹੀਂ ਹੋਏ ਸਹਾਰੇ ਦਸਾਂ ਪਾਤਸ਼ਾਹ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ 40 ਮੁਕਤਿਆਂ ਹੱਟੀਆਂ ਜੱਪੀਆਂ ਤੱਪੀਆਂ ਜਿਹਨਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਹੀ ਤੇਗ ਵਾਹੀ ਦੇਖ ਕੇ ਅੰਗਿਤ ਕੀਤਾ ਤਿੰਨਾਂ ਪਿਆਰਿਆਂ ਸਚਾਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਹਨਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਸ ਦਿੱਤੇ ਵੰਧ ਵੰਧ ਕਟਾਏ ਖੋਪੜੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਵਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤਾਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਹਿਬ ਤਹਾਂ ਤਹਾਂ ਰਸਿਆ ਰਹਾਇਤ ਦੇਖ ਦੇਖ ਫਤਿਹ ਬਿਰਦ ਕੀ ਪੈਚ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਵਾਹਿਗੁਰੂ
सिखा नू सिखी दान केस दान रहत दान विवेक दान विसाह दान परोसा दान दाना सर दान नाम दान श्री अमृतसर जी दे इशनान चौकिया झंडे बूंगे जुग जुग अटल धर्म का जयकार बोलो जी वाहिगुरु सिखा दा मन नीमा मत उची मत दा रखाए आप वाहिगुरु हे अकाल पुरख अपने पंथ दे सदा सहाय दातार जियो श्री ननकाणा साहब ते होर गुरुद्वारा गुरु धामा जिन्हां तों पंथ नूं बछोड़िया गया है खुले दर्शन दिदार ते सेवा संभाल दा दान खालसा जी नूं बख्शो हे नमाणियां दे मान नताणियां दे तान न्योटियां दी ओट सच्चे पिता वाहिगुरु आप जी दे हजूर विच रुस्तम रैसलिंग क्लब दी चढ़दी कला वास्ते अरदास है जी बच्चियां पहलवानां नूं सट्टां चोटां तों बचा के रखना चढ़दी कला च रखना मनोकामना पूरियां करनियां घर परिवारां च सुख शांति बख्शनी खजाने भरपूर करने अखर विच वादा घाटा भुल चुक मुआफ करने सरबत दे कारज रास करने सही प्यारा मेल जिन्हां मिलिया तेरा नाम चितावे नानक नाम चढ़दी कला तेरे मन सरबत दा भला वाहिगुरु जी का खालसा वाहिगुरु जी लाहौर च असी बरकत बरकत मार्केट दे विच फिर रहे हैं। ਉਂਗਲੀ ਵੀ ਗੰਨ ਨਹੀਂ ਹੈ ਨਾ ਖਾਣ ਨੂੰ ਅੰਗੂਠੇ ਦੀ ਇਹ ਤਾਂ ਇਹਦੇ ਦਾ ਮੂੰਹ ਤੇ ਇਦਾਂ ਲੱਗਦਾ ਇੱਥੇ ਕਰਕੇ ਇਦਾਂ ਆਹ ਹੱਥ ਉੱਤੇ ਰੱਖਣਾ ਇਹਨੂੰ ਇੱਥੇ ਕੇ ਆਰਾਮ ਦੇ ਨਾਲ ਦੁਬਾਰਾ ਬੰਦਾ ਮੂੰਹ ਦੀ ਕੀੜੇ ਨਾਲ ਖਾ ਲਈਦਾ ਉੱਥੇ ਗਏ ਤਾਂ ਜਿਹੜਾ ਆਹ ਇਹਨੂੰ ਇੱਥੇ ਖਿੱਚਣਾ ਇੱਥੇ ਮੂੰਹ ਤੇ ਰੱਖਣਾ ਜਿੱਦਾਂ मूह से थोड़ी ते रख ला और जरा गुठा थड़ने वाला उपर फट के इतने चोक के लत्त उधर सिर पा
ਕੱਟ ਕੱਟ ਕੇ ਕਰੀਏ ਕੱਟ ਕੇ ਜੀ। ਅੱਜ ਬੜੀ ਖੁਸ਼ੀ ਦੀ ਸਾਡੇ ਵਾਸਤੇ ਗੱਲ ਹੈ ਕਿ ਅੱਜ ਰਣਜੀਤ ਪਹਿਲਵਾਨ ਦੋਸਤਮੇ ਹਿੰਦ ਹਿੰਦ ਕੇਸਰੀ ਨੇ ਕੈਨੇਡਾ ਤੋਂ ਆ ਕੇ ਸਾਡੇ ਇਸ ਅਖਾੜੇ ਕਲੱਬ ਦੇ ਵਿੱਚ ਅੱਜ ਸਾਡੇ ਮੁੰਡਿਆਂ ਨੂੰ ਟ੍ਰੇਨਿੰਗ ਕਰਵਾਈ, ਟੈਕਨੀਕ ਦੱਸੀ, ਅਤੇ ਅਸੀਂ ਇਹਨਾਂ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ। ਇਹਨਾਂ ਨੂੰ ਇਹਨਾਂ ਦੇ ਬੜੇ ਮਸ਼ਹੂਰ ਹਾਂ ਕਿ ਐਡੀ ਦੂਰੋਂ ਆ ਕੇ ਇਹਨਾਂ ਨੇ ਸਾਡਾ ਟਾਈਮ ਸਪੈਂਡ ਕੀਤਾ। ਅਤੇ ਪਹਿਲਵਾਨ ਜੀ ਤੁਹਾਡਾ ਬੜਾ ਸ਼ੁਕਰੀਆ, ਅਤੇ ਤੁਹਾਡਾ ਅਸੀਂ ਅੱਗੋਂ ਫਿਰ ਆਉਣ ਵਾਲੇ ਵਕਤ 'ਤੇ ਤੁਹਾਨੂੰ ਵੈਲਕਮ ਕਹਾਂਗੇ ਪਾਕਿਸਤਾਨ, ਅਤੇ ਇੰਝ ਤੁਸੀਂ ਆਉਂਦੇ ਰਹੋ ਅਤੇ ਸਾਡੇ ਪਹਿਲਵਾਨਾਂ ਦੀ ਰਹਿਨੁਮਾਈ ਕਰਦੇ ਰਹੋ ਤਾਂ ਕਿ ਆਉਣ ਵਾਲੇ ਵਕਤ 'ਤੇ ਪਾਕਿਸਤਾਨ ਵੱਲੋਂ ਜਾ ਕੇ ਦੁਨੀਆਂ ਦੇ ਉੱਤੇ ਤੁਹਾਡੀਆਂ ਟੈਕਨੀਕਾਂ ਵੀ ਯੂਜ਼ ਕਰਨ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ। ਹਰਜੀਤ ਪਹਿਲਵਾਨ ਜ਼ਿੰਦਾਬਾਦ। ਗੁਰਜਰਾਲ ਦਾ ਸ਼ਹਿਰ ਦੇਖੋ, ਗੁਰਜਾਂ ਦੇ ਨਾਲ ਚੌਂਕ ਦੇ ਵਿੱਚ ਲਾਈਆਂ ਸਾਰੇ ਪਾਸੇ ਪਹਿਲਵਾਨ ਕਬਾਬ ਲਗਾ ਰਿਹਾ ਜੀ, ਨਾਲ ਲੈਗ ਪੀਸ ਲਾ ਰਿਹਾ, ਕਬਾਬ ਲਗਾ ਰਿਹਾ, ਨਾਲ ਮਲਾਈ ਬੋਟੀ ਲਗਾ ਰਿਹਾ ਜੀ। ਲਓ ਜੀ ਵੇਖੋ ਜੀ, ਹਰਜੀਤ ਪਹਿਲਵਾਨ ਰੁਸਤਮੇ ਹਿੰਦ ਅਤੇ ਉਮਰ ਪਹਿਲਵਾਨ ਰੁਸਤਮੇ ਪਾਕੂ ਹਿੰਦ ਜੋ ਵੀ ਲੈਗ ਪੀਸ ਲਗਾ ਰਹੇ ਜੀ, ਬਾਰਬੀਕਿਊ ਅਤੇ ਕਬਾਬ ਲਗਾ ਰਹੇ ਨੇ, ਨਾਲ ਮਟਨ ਕਬਾਬ ਨੇ, ਮਲਾਈ ਬੋਟੀ ਏ ਅਤੇ ਨਾਲ ਲੈਗ ਪੀਸ ਨੇ ਜੀ। ਇਹ ਹਰਜੀਤ ਪਹਿਲਵਾਨ ਅਤੇ ਉਮਰ ਪਹਿਲਵਾਨ ਤੋਂ ਵੀ ਬੁਕਿੰਗ ਕਰ ਰਹੇ ਨੇ ਜੀ। ਤੁਹਾਨੂੰ ਇੰਡੀਆ ਵਾਪਸ ਜਾਣ ਦੀ? ਚਲੋ, ਹਾਂ, ਇੰਡੀਆ ਪਾਕਿਸਤਾਨ ਦਾ ਜਿਹੜਾ ਬਾਰਡਰ ਆ ਇਹਦੇ ਵਿੱਚ ਇੱਧਰਲਾ ਗੇਟ ਪਾਕਿਸਤਾਨ ਦਾ ਆ, ਉਹ ਇੰਡੀਆ ਦਾ। ਨਨਕਾਣਾ ਸਾਹਿਬ ਜਾ ਕੇ ਆਏ ਹਾਂ, ਹੁਣ ਜਾ ਕੇ ਇੰਡੀਆ ਥਾਣੀ ਜਾ ਕੇ ਮਿਲਦੇ ਹਾਂ ਤੁਹਾਨੂੰ ਕੈਨੇਡਾ 'ਚ। ਤੁਸੀਂ ਸਾਡੇ ਨਾਲ ਇੱਦਾਂ ਹੀ ਬਣੇ ਰਿਹਾ ਕਰੋ, ਸਾਡੇ ਵਲੌਗ ਨੂੰ ਲਾਈਕ ਕਰਿਆ ਕਰੋ, ਸ਼ੇਅਰ ਕਰਿਆ ਕਰੋ, ਸਬਸਕ੍ਰਾਈਬ ਜ਼ਰੂਰ ਕਰਿਆ ਕਰੋ। ਥੈਂਕ ਯੂ, ਧੰਨਵਾਦ। ਅੱਜ ਮੈਂ ਆਪਣਾ ਵਾਹਗਾ ਬਾਰਡਰ 'ਤੇ ਹਾਂ, ਇਹ ਸਾਡੀ ਬਾਰਡਰ ਲਾਈਨ ਹੈ ਆਪਣਾ, ਇਹ ਗੇਟ ਹੈ ਇੰਡੀਆ ਪਾਕਿਸਤਾਨ ਦਾ, ਉਹ ਦੂਸਰੀ ਤਰਫ ਇੰਡੀਆ ਦਾ ਗੇਟ, ਇਹ ਪਾਕਿਸਤਾਨ ਦਾ ਗੇਟ ਹੈ। ਇਹ ਸਾਡਾ ਦੁਨੀਆ ਦਾ ਸਭ ਤੋਂ ਮਸ਼ਹੂਰ ਬਾਰਡਰ ਹੈ ਜਿੱਥੇ ਪਰੇਡ ਹੁੰਦੀ ਹੈ। ਇਹ ਦੁਨੀਆ ਦੇ ਕਿਧਰੇ ਨਹੀਂ ਆਏ ਜੋ ਪਾਕਿਸਤਾਨ ਇੰਡੀਆ ਦੀ ਬਾਰਡਰ ਦੇ ਉੱਤੇ ਪਰੇਡ ਹੁੰਦੀ ਹੈ, ਅਤੇ ਬੜੀ ਦੁਨੀਆ ਇਸ ਤੋਂ ਇੰਜੋਏ ਕਰਦੀ ਹੈ। ਪਾਕਿਸਤਾਨ ਜ਼ਿੰਦਾਬਾਦ।